ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪੰਜਾਬ ਵਿੱਚ ਸਾਉਣ ਦਾ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਖੀਰ ਪੂੜੇ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਆ ਨਾ। ਕੋਈ ਖੀਰ ਪੂੜੇ ਬਣਾਉਂਦਾ ਅਤੇ ਕੋਈ ਮਾਲ ਪੂੜੇ ਬਣਾਉਂਦਾ ਅਤੇ ਕੋਈ ਆਟੇ ਵਾਲੇ ਗੁੜ ਵਾਲੇ ਬਣਾਉਂਦੇ ਹੈ ਨਾ। ਅਤੇ ਪਰ ਮੈਨੂੰ ਸਾਡੇ ਬੱਚੇ ਜ਼ਿਆਦਾ ਇਹੀ ਪਸੰਦ ਕਰਦੇ ਆ ਅਤੇ ਮੈਂ ਜ਼ਿਆਦਾ ਇਹੀ ਬਣਾਉਂਦੀ ਹਾਂ। ਸਰਦਾਰ ਜੀ ਨੂੰ ਗੁੜ ਵਾਲੇ ਪਸੰਦ ਆ, ਮੈਨੂੰ ਵੀ। ਪਰ ਅੱਜ ਮੈਂ ਇਹੀ ਬਣਾਏ ਅਤੇ ਤੁਹਾਡੇ ਨਾਲ ਮੈਂ ਫਟਾਫਟ ਰੈਸਪੀ ਸ਼ੇਅਰ ਕਰੂੰਗੀ ਇਹਦੀ, ਕਿਸ ਤਰ੍ਹਾਂ ਬਣਦੇ ਆ ਫਟਾਫਟ। ਇਹ ਹਲਵਾਈ ਵਰਗੇ ਬਣਦੇ ਆ ਬਿਲਕੁਲ। ਜੇ ਤੁਸੀਂ ਸੌਫਟ ਬਣਾਉਣੇ ਆ ਤਾਂ ਸੌਫਟ ਬਣਾ ਲਓ, ਇਹ ਤੁਹਾਡੇ 'ਤੇ ਡਿਪੈਂਡ ਹੈ ਕਿਸ ਤਰ੍ਹਾਂ ਬਣਾਉਣੇ ਆ। ਅਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗ ਰਹੇ ਆ, ਜੇ ਮੈਂ ਖਾਧੇ ਨਹੀਂ। ਸਰਦਾਰ ਜੀ ਕਹਿੰਦੇ ਬਹੁਤ ਟੇਸਟੀ ਆ, ਅਤੇ ਮੈਂ ਤੁਹਾਨੂੰ ਦੱਸਦੀ ਕਿਸ ਤਰ੍ਹਾਂ ਬਣਾਉਣੇ ਫਟਾਫਟ। ਕੋਈ ਵੀ ਤੁਸੀਂ ਆਪਣੀ ਕੌਲੀ ਲੈ ਲੈਣੀ ਹੈ, ਕੌਲੀ ਭਾਂਡਾ ਕੋਈ ਵੀ ਲੈ ਲੈਣਾ। ਇੱਕ ਲੈਣੀ ਸੂਜੀ, ਇੱਕ ਪਾਰਟ ਸੂਜੀ ਲੈਣੀ ਹੈ, ਇੱਕ ਪਾਰਟ ਲੈਣਾ ਆਟਾ, ਇੱਕ ਪਾਰਟ ਲੈਣਾ ਆਪਣਾ ਮੈਦਾ, ਹੈ ਨਾ। ਅਤੇ ਇੱਕੋ ਪਾਰਟ ਅਸੀਂ ਕੌਲੀ ਲੈਣੀ ਆ ਆਪਦੀ ਖੰਡ ਦੀ। ਇਹ ਸਾਰੀਆਂ ਚੀਜ਼ਾਂ ਪੈਣਗੀਆਂ ਅਤੇ ਇਹਦਾ ਮਟੀਰੀਅਲ ਇਸ ਤਰ੍ਹਾਂ ਦਾ ਬਣਾ ਲੈਣਾ, ਇਸ ਤਰ੍ਹਾਂ ਦਾ। ਅੱਜ ਦੇਖੋ, ਨਾ ਜ਼ਿਆਦਾ ਸੰਘਣਾ ਨਾ ਜ਼ਿਆਦਾ ਪਤਲਾ। ਅਤੇ ਮੈਂ ਤਾਂ ਕੜਾਹੀ ਲਈ ਆਪਣੀ ਪਕੌੜਿਆਂ ਵਾਲੀ, ਪਕੌੜਿਆਂ ਵਾਲੀ ਕੜਾਹੀ ਵਿੱਚ ਮੈਂ ਨਾ ਡਾਲਡਾ ਘਿਓ ਹੀ ਪਾਇਆ। ਡਾਲਡਾ ਘਿਓ ਪਾ ਕੇ ਅਤੇ ਇਹਨੂੰ ਫੁੱਲ ਤਾਂ ਕੀਤਾ ਹੋਇਆ, ਫੁੱਲ ਆਂਚ ਕੀਤੀ ਹੋਈ ਹੈ ਇਹਦੀ, ਸਲੋ ਨਹੀਂ ਕਰਨਾ, ਸਲੋ ਨਹੀਂ ਕਰਨਾ। ਅਤੇ ਬਸ ਇੱਕ ਕੜਛੀ ਲੈਣੀ ਆ ਤੁਸੀਂ, ਅਤੇ ਬਸ ਇਹਨੂੰ ਪਾ ਕੇ ਛੱਡ ਦੇਣਾ, ਕੁਛ ਨਹੀਂ ਕਰਨਾ, ਹਿਲਾਉਣਾ ਨਹੀਂ। ਇਹਨੇ ਆਪਣੇ ਆਪ ਹੀ ਬਣਨਾ ਸ਼ੁਰੂ ਹੋ ਜਾਣਾ ਅਤੇ ਦੇਖਣਾ ਆਪਣੇ ਆਪ ਹੀ। ਦੇਖੋ ਕਿੰਨਾ ਸੋਹਣਾ ਫੁੱਲ ਫੁੱਲ ਕੇ ਸਾਈਡਾਂ ਤੋਂ ਆ ਰਿਹਾ, ਜਿਵੇਂ ਹਲਵਾਈ ਵਾਲਾ ਹੁੰਦਾ। ਕੋਈ ਝੰਝਟ ਨਹੀਂ, ਕੋਈ ਚਿਮਚਿਮਬੜਦਾ ਨਹੀਂ ਆ, ਕੋਈ ਕੁਛ ਨਹੀਂ। ਜਿਸ ਤਰ੍ਹਾਂ ਮਰਜ਼ੀ ਤੁਸੀਂ ਨਾਲ ਦੀ ਨਾਲ ਹਿਲਾਉਣਾ ਸ਼ੁਰੂ ਕਰ ਦਿਓ ਭਾਵੇਂ, ਅਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ। ਅਤੇ ਇੱਕ ਚੀਜ਼ ਹੋਰ, ਇਹਦੇ ਵਿੱਚ ਸੌਂਫ ਜ਼ਰੂਰ ਪਾਉਣੀ ਹੈ ਨਾ, ਸੌਂਫ ਨਾਲ ਇਹਦਾ ਟੇਸਟ ਹੋਰ ਦੁੱਗਣਾ ਹੋ ਜਾਂਦਾ ਹੈ। ਅਤੇ ਇੱਕ ਜੇ ਤੁਸੀਂ ਨਾ, ਵੈਸੇ ਮੈਂ ਘਰਦਿਆਂ ਨੂੰ ਦੱਸਿਆ ਨਹੀਂ, ਨਹੀਂ ਤਾਂ ਮੈਨੂੰ ਇਹ ਕਹਿਣਗੇ ਤੂੰ ਕਿਉਂ ਪਾਇਆ। ਮੈਂ ਨਾ ਬਸ ਚੁਟਕੀ ਕੁ ਨਮਕ ਪਾ ਦਿੰਦੀ ਹੁੰਦੀ ਇਹਦੇ ਵਿੱਚ, ਲੂਣ ਜਿਹੜਾ ਹੁੰਦਾ ਆਪਣਾ, ਕੋਈ ਵੀ ਲੂਣ ਤੁਸੀਂ ਪਾਉਣਾ ਵਾ, ਚੁਟਕੀ ਕੁ ਪਾ ਦੇਣਾ। ਉਹਦੇ ਨਾਲ ਨਾ ਇਹ ਕਰੰਚੀ ਬੜੇ ਹੋ ਜਾਂਦੇ ਆ, ਬਹੁਤ ਟੇਸਟੀ ਲੱਗਦੇ ਇਹਨਾਂ ਦਾ ਨਾ ਜਿਹੜਾ ਟੇਸਟ ਆ, ਹੋਰ ਜ਼ਿਆਦਾ ਵੱਧ ਜਾਂਦਾ। ਅਤੇ ਦੇਖੋ ਕਿੰਨਾ ਸੋਹਣਾ ਇਹਦਾ ਕਲਰ ਆ ਰਿਹਾ ਹੈ। ਇਹ ਤੁਸੀਂ, ਤੁਹਾਡੇ 'ਤੇ ਡਿਪੈਂਡ ਆ, ਤੁਸੀਂ ਜਿਸ ਤਰ੍ਹਾਂ ਦਾ ਖਾਣਾ ਨਾ ਤੁਸੀਂ ਉਹਨੂੰ ਉਸ ਤਰ੍ਹਾਂ ਦਾ ਹੀ ਬਣਾਓ। ਅਗਰ ਤੁਸੀਂ ਸੌਫਟ ਸੌਫਟ ਖਾਣਾ ਨਾ, ਜਿਸ ਤਰ੍ਹਾਂ ਕੋਈ ਬਜ਼ੁਰਗ ਆ ਘਰ ਵਿੱਚ ਮੇਰੇ ਵਰਗਾ, ਅਤੇ ਉਹਨੂੰ ਸੌਫਟ ਸੌਫਟ ਪਸੰਦ ਆ, ਅਤੇ ਉਹਨੂੰ ਤੁਸੀਂ ਸੌਫਟ ਸੌਫਟ ਜਿਹਾ ਦੇਣਾ, ਇਸ ਤਰ੍ਹਾਂ ਕਰਕੇ ਸੌਫਟ ਕਰ ਲੈਣਾ। ਅਗਰ ਤੁਸੀਂ ਜਿਹੜਾ ਕਰੰਚੀ ਕਰੰਚੀ ਖਾਣਾ ਹੋਵੇ, ਸਾਡੇ ਕਈ ਖਾਣ ਵਾਲੇ ਕਰੰਚੀ ਹੈਗੇ ਆ, ਦੇਖੋ ਮੈਂ ਕਰੰਚੀ ਵੀ ਬਣਾਏ ਥੋੜ੍ਹੇ ਜਿਹੇ ਜਿਨ੍ਹਾਂ ਨੂੰ ਜ਼ਿਆਦਾ ਪਸੰਦ ਆ, ਹੈ ਨਾ। ਅਤੇ ਉਹ ਤੁਸੀਂ ਆਪਣੇ ਪਸੰਦ ਦਾ ਕਰੰਚੀ ਕਰੰਚੀ ਬਣਾ ਲੈਣਾ। ਅਤੇ ਆਦਤ ਦੇਖੋ, ਇਹਦਾ ਟੈਕਸਚਰ ਦੇਖੋ ਕਿੰਨਾ ਪੂਰਾ ਹਲਵਾਈ ਵਰਗਾ ਆਇਆ, ਕੋਈ ਝੰਝਟ ਨਹੀਂ ਬਣਾਉਣ ਦਾ। ਬਸ ਸਿਰਫ ਇੱਕੋ ਵੇਟ ਕਰਨੀ ਪੈਂਦੀ, ਜਦੋਂ ਅਸੀਂ ਇਹਦਾ ਮਿਕਸਰ ਘੋਲਣਾ ਨਾ, ਉਹਨੂੰ ਅੱਧਾ ਪੌਣਾ ਘੰਟਾ ਅਸੀਂ ਵੇਟ ਕਰਨੀ। ਅਗਰ ਤੁਹਾਨੂੰ ਜਲਦੀ ਆ ਤਾਂ ਵੀ ਕੋਈ ਗੱਲ ਨਹੀਂ, ਵੈਸੇ ਵੀ ਬਣ ਜੂਗਾ, ਜਲਦੀ ਵੀ ਬਣ ਜੂਗਾ, ਇਹ 'ਚ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਆ। ਪਰ ਜੇ ਤੁਸੀਂ ਅੱਧਾ ਪੌਣਾ ਘੰਟਾ ਤੁਸੀਂ ਇਹਨੂੰ ਰੋਕ ਲੈਂਦੇ ਆ ਨਾ, ਤਾਂ ਇਹਦੀ ਜਿਹੜੀ ਹੈ ਸੂਜੀ ਉਹ ਥੋੜ੍ਹੀ ਫੁੱਲ ਜਾਂਦੀ ਆ, ਹੈ ਨਾ। ਅਤੇ ਅੱਜ ਸੰਡੇ ਸੀਗਾ ਅਤੇ ਮੈਂ ਕਿਹਾ ਚਲੋ ਛੋਟੀ ਜਿਹੀ ਵੀਡੀਓ, ਮੇਰਾ ਇਰਾਦਾ ਤਾਂ ਨਹੀਂ ਸੀ ਹੈਗਾ ਬਣਾਉਣ ਦਾ ਵੀਡੀਓ, ਪਰ ਮੈਨੂੰ ਨਾ ਇਹਨਾਂ ਦਾ ਕਲਰ ਬੜਾ ਸੋਹਣਾ ਲੱਗਾ, ਅਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਸਾਰੀ ਇਹ ਰੈਸਪੀ ਸ਼ੇਅਰ ਕਰਦੀ ਹਾਂ, ਅਤੇ ਤੁਸੀਂ ਵੀ ਬਣਾ ਲਓ ਫਟਾਫਟ, ਅੱਜ ਹੀ ਬਣਾ ਲਓ ਫਟਾਫਟ। ਜੇ ਕੋਈ ਹੋਰ ਕੋਈ ਗੱਲ ਪੁੱਛਣੀ ਮੈਨੂੰ ਫਟਾਫਟ ਪੁੱਛ ਲਓ, ਹੁਣੇ ਮੈਂ ਦੱਸ ਦੂੰਗੀ, ਹੁਣ ਮੈਂ ਬਣਾ ਰਹੀ ਹਾਂ ਵੀਡੀਓ। ਓਕੇ ਫਰੈਂਡਸ, ਬਣਾ ਲਓ ਫਟਾਫਟ ਖੀਰ ਪੂੜੇ ਅਤੇ ਕਰੋ ਇੰਜੋਏ। ਅਤੇ ਇਹ ਮੇਰੀ ਕੌਲੀ ਇਹ ਵਾਲੀ ਆ, ਮੈਨੂੰ ਥੋੜ੍ਹੀ ਖੀਰ ਪਸੰਦ ਆ, ਤੁਹਾਨੂੰ ਜਿਹੜੀ ਪਸੰਦ ਆ ਤੁਸੀਂ ਚੁੱਕ ਲਓ, ਠੀਕ ਹੈ। ਆਲੋ ਜੀ, ਖੀਰ ਪੂੜੇ ਖਾਓ ਫਟਾਫਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਭ ਨੂੰ ਦੇਵੇ ਰੁੱਖਾ ਸੁੱਖਾ ਖਾਣਾ।